Yes, you are listening to the only 24/7 on-air Indian radio on 1674 AM. Radio Haanji. Apne vatna di khushbu pardeshan ch kariye saanji. Sunde ro Radio Haanji. Haanji. ਚੰਡੀਗੜ੍ਹ ਗੇੜੀਆਂ ਕਿਉਂ ਮਾਰਦੇ? ਕੀ ਗੱਲ ਆ ਪਨੀਤ ਜੀ, ਚੰਡੀਗੜ੍ਹ ਗੇੜੀਆਂ ਮਾਰਨ ਦੀ ਲੋੜ ਨਹੀਂ ਪੈਣੀ? ਬਿਲਕੁਲ ਲਾਹੌਰੀਏ ਵੇਖ ਲਈ ਤਾਂ ਹੀ ਕਿਹਾ ਸੀ ਆਪਾਂ ਪਹਿਲਾਂ ਵੀ, ਮਤਲਬ ਜਿੰਨੇ ਲਾਹੌਰੀਏ ਨੂੰ ਦੇਖੀ, ਚਲੋ ਛੱਡੋ ਪਰੇ, ਲਾਹੌਰੀਏ ਦੇਖਣੀ ਬਹੁਤ ਜ਼ਰੂਰੀ ਆ। ਇੱਕ ਚੀਜ਼ ਮੈਨੂੰ ਸੋਰੀ ਸਾਹਿਬ ਮੈਨੂੰ ਬੜੀ ਵਧੀਆ ਲੱਗੀ, ਉਹ ਜਿਹੜੇ ਲਾਹੌਰ ਤੋਂ ਆਪਣੇ ਵੀਰ ਆਏ ਸੀ ਨਾ ਫਿਲਮ ਵੇਖਣ, ਜੀ ਜੀ ਜੀ, ਤੇ ਉਹਦਾ ਰਿਵਿਊ ਉਹਨੇ ਪਤਾ ਕੀ ਦਿੱਤਾ ਸੀ ਕਿ ਅਕਸਰ ਹੀ ਤੁਸੀਂ ਸੁਣਦੇ ਹੋਗੇ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ ਹੈ, ਤੇ ਮੈਂ ਤੁਹਾਨੂੰ ਇੱਕ ਮੌਕਾ ਦਿੰਦਾ ਵੀ ਜੇ ਤੁਸੀਂ ਜੰਮਣਾ ਚਾਹੁੰਦੇ ਤੇ ਲਾਹੌਰੀਏ ਵੇਖ ਲਓ ਤਾਂ ਵੀ ਸਰ ਜੂਗਾ। ਬਿਲਕੁਲ, ਹੁੰਦੇ ਜਾਂਦੇ ਜਾਂਦੇ ਇਹ ਗੱਲ ਗਈ, ਤੇ ਆਈ ਥਿੰਕ ਕਿ ਮੈਨ ਬਿਹਾਇੰਡ ਦਾ ਮੂਵੀ। ਜੀ ਬਿਲਕੁਲ ਜੀ, ਮੈਨ ਬਿਹਾਇੰਡ ਦਾ ਮੂਵੀ। ਕਈ ਵਾਰੀ ਕੀ ਹੁੰਦਾ ਕਿ ਆਪਾਂ ਪਰਦੇ ਦੇ ਉੱਤੇ ਉਹਨਾਂ ਸਾਰੇ ਚਿਹਰਿਆਂ ਨੂੰ ਵੇਖਦੇ ਹਾਂ ਜੀ, ਜਿਹੜੇ ਸੁਪਰ ਸਟਾਰ ਨੇ, ਓਬਵੀਅਸਲੀ ਉਹਨਾਂ ਦੀ ਮਿਹਨਤ ਵੀ ਹੁੰਦੀ ਆ, ਡਾਇਰੈਕਟਰ ਦੇ ਨਾਲ ਵੀ ਤੁਸੀਂ ਕਦੇ ਗੱਲ ਕਰ ਲੈਂਦੇ ਹੋ, ਤੁਸੀਂ ਰਾਈਟਰ ਦੇ ਨਾਲ ਵੀ ਗੱਲ ਕਰ ਲੈਂਦੇ ਹੋ, ਪਰ ਇੱਕ ਬਹੁਤ ਹੋਰ ਨਾ ਛੁਪਿਆ ਰੁਸਤਮ ਚਿਹਰਾ, ਮਤਲਬ ਜਿਹੜਾ ਬਹੁਤ ਜ਼ਿਆਦਾ ਮਿਹਨਤ ਕਰਦਾ ਲੇਕਿਨ ਉਹ ਛੁਪਿਆ ਰਹਿੰਦਾ। ਜੀ ਮੈਨੂੰ ਲੱਗਦਾ ਕਿ ਜਿਹੜਾ ਕੀ ਕਹਿੰਦੇ ਨਾ ਵੀ ਉਹਨਾਂ ਕੋਲ ਫਾਰਮੂਲਾ ਆ ਗਿਆ ਆ ਵੀ ਚੰਗੀ ਫਿਲਮ ਕਿੱਦਾਂ ਬਣਾਉਣੀ ਆ। ਨਾਲੇ ਆਪਾਂ ਵਧਾਈਆਂ ਦੇ ਦਈਏ ਆਸਟ੍ਰੇਲੀਆ ਦੇ ਦਈਏ। ਕੌਣ ਨੇ ਉਹ? ਕਾਰਜ ਗਿੱਲ ਜੀ ਸਾਡੇ ਨਾਲ ਨੇ ਜੀ। ਸੋ ਕਰਦੇ ਹਾਂ ਆਪਾਂ ਇਹਨਾਂ ਦਾ ਸਵਾਗਤ ਦੋਸਤੋ, ਹੁਣ ਤੱਕ ਦੀਆਂ ਜਿੰਨੀਆਂ ਵੀ ਤੁਸੀਂ ਸੁਪਰ ਹਿੱਟ ਫਿਲਮਾਂ ਜਿਨ੍ਹਾਂ ਦੇ ਵਿੱਚ ਲਵ ਪੰਜਾਬ, ਅੰਗਰੇਜ਼ ਅਤੇ ਹੁਣ ਜੀ ਆ ਗਈ ਆ ਜੀ ਲਾਹੌਰੀਏ, ਇਹ ਸਾਰੀਆਂ ਫਿਲਮਾਂ ਦੇ ਪਿੱਛੇ ਇੱਕ ਉਹ ਇਨਸਾਨ ਜਿਹਦੀ ਮਿਹਨਤ ਦੇ ਨਾਲ ਨਾਲ, ਦਿਮਾਗ ਦੇ ਨਾਲ ਨਾਲ, ਹੋਰ ਕੀ ਲੱਗਾ ਉਹ ਵੀ ਵੇਖਦੇ ਹਾਂ ਆਪਾਂ। ਮੈਂ ਕਾਰਜ ਭਾਈ ਨੂੰ ਇਹ ਵੀ ਕਹਿਣਾ ਕਿ ਹੁਣ ਅੱਜ ਕੱਲ੍ਹ ਫੋਟੋਜ਼ ਇਹਨਾਂ ਦੀਆਂ ਬੜੀਆਂ ਬੰਬ ਸ਼ੈਲ ਆਉਂਦੀਆਂ ਨੇ, ਫੋਟੋ ਬੜੀਆਂ ਘੈਂਟ ਆਉਂਦੀਆਂ ਨੇ ਬਾਈ ਜੀ, ਸੀਰੀਅਸਲੀ। ਤਾਂ ਚਲੋ ਜੀ, ਉਹ ਤਿੱਕੜੀ, ਸੋ ਦੋਵਾਂ ਦੇ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ ਤੇ ਤਿੱਕੜੀ ਆਪਾਂ ਲੱਗੇ ਹਾਂ ਪੂਰੀ ਕਰਨ। ਸੋ ਕਾਰਜ ਗਿੱਲ ਸਾਡੇ ਨਾਲ ਨੇ, ਆਪਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਗਿੱਲ ਸਾਹਿਬ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ। ਕਿਆ ਬਾਤ ਹੈ, ਕਿਆ ਬਾਤ ਹੈ, ਬੜੀ ਮਾਣ ਵਾਲੀ ਗੱਲ ਹੈ ਭਾਜੀ। ਨਹੀਂ ਤੇ ਮੈਂ ਸਮਝਦਾ ਨਾ ਕਿ ਪੰਜਾਬੀ ਫਿਲਮ ਜਿਹੜੀ ਆ ਉਹਨੂੰ ਵੀਰਵਾਰ ਨੂੰ ਕੋਈ ਵੀ ਪਹਿਲਾਂ ਰਿਲੀਜ਼ ਕਰਨ ਦਾ ਕਦੀ ਰਿਸਕ ਨਹੀਂ ਲੈਂਦਾ, ਤੇ ਫੈਮਿਲੀ ਦਾ ਹੀ ਮੈਨੂੰ ਲੱਗਦਾ ਅਸਰ ਹੈ ਜਿਹਦੇ ਕਰਕੇ ਤੁਸੀਂ ਇਹ ਰਿਸਕ ਲੈ ਲੈਂਦੇ ਜੀ ਹਰ ਵਾਰੀ। ਨਹੀਂ ਮੈਨੂੰ ਹੁਣ ਆਸਟ੍ਰੇਲੀਆ ਵਿੱਚ ਜਦੋਂ ਅਸੀਂ ਫਿਲਮ ਰਿਲੀਜ਼ ਕਰਦੇ ਹਾਂ ਸਾਨੂੰ ਰਿਸਕ ਲੱਗਦਾ ਹੀ ਨਹੀਂ। ਅੱਛਾ, ਲੱਗਦਾ ਕਿ ਜਿਵੇਂ ਆਪਣੇ ਪਰਿਵਾਰ ਵਿੱਚ ਬਹਿ ਕੇ ਫਿਲਮ ਵਿਖਾਉਣੀ ਹੁੰਦੀ ਨਾ ਸਾਰਿਆਂ ਨੂੰ ਕਿ ਚਲੋ ਮਾਸੀ ਜੀ ਤੁਸੀਂ ਵੀ ਆ ਜਾਓ, ਲਾਹੌਰੀਏ ਫਿਲਮ ਦਾ ਇਹ ਜੇ ਸਾਰੇ ਦਾ ਸਾਰਾ ਸਫ਼ਰ ਕਿੱਦਾਂ ਦਾ ਰਿਹਾ? ਸਫ਼ਰ ਯਾਰ ਨੋ ਡਾਊਟ ਮਿਹਨਤ ਵਾਲਾ ਤੇ ਹੁੰਦਾ ਹੀ ਆ ਥੋੜਾ ਜਿਹਾ ਜੀ, ਥੋੜੀ ਜਿਹੀਆਂ ਤੁਹਾਨੂੰ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ, ਪਰ ਸਾਡਾ ਐਵੇਂ ਦਾ ਹਿਸਾਬ ਤਾਂ ਹੁੰਦਾ ਸੈੱਟ ਤੇ ਵੀ ਸ਼ੂਟ ਤੇ ਵੀ ਕਿ ਆਪਾਂ ਇੰਜੋਏ ਕਰਦੇ ਰਹੀਦਾ ਆਪਣੇ ਕੰਮ ਨੂੰ, ਮਤਲਬ ਸਾਡਾ ਬਹੁਤਾ ਜ਼ਿਆਦਾ ਇੱਧਰ ਕੋਈ ਧਿਆਨ ਨਹੀਂ ਹੁੰਦਾ, ਸਾਨੂੰ ਇਹ ਹੁੰਦਾ ਕਿ ਆਪਣਾ ਮੈਂ ਕਹਾਂ ਉਹਨਾਂ ਕਿ ਕਰੋ ਆਪਣੇ ਮਤਲਬ ਦਾ ਆਪਣੇ ਵਰਗਾ ਜਿੱਦਾਂ ਦੇ ਸਾਡੀ ਸੋਚ ਆ, ਸਾਨੂੰ ਲੱਗਦਾ ਸਾਨੂੰ ਇੱਦਾਂ ਦਾ ਕੰਮ ਕਰਨਾ ਚਾਹੀਦਾ ਰਾਈਟ, ਉਸੇ ਵਿੱਚ ਅਸੀਂ ਆਪਣਾ ਇੰਜੋਏ ਵੀ ਕਰਦੇ ਰਹਿੰਦੇ ਹਾਂ ਅਤੇ ਮੁਸ਼ਕਿਲਾਂ ਤਾਂ ਖੈਰ ਚਲੋ ਆਉਂਦੀਆਂ ਹੀ ਆ, ਇੱਦਾਂ ਦੀ ਗੱਲ ਤਾਂ ਹੈਗੀ ਪਰ ਪੰਜਾਬੀ ਸਿਨੇਮਾ ਰਿਸਕ ਇਹ ਵਾਲਾ ਨਹੀਂ ਸੀ ਲੈਂਦਾ, ਤੁਸੀਂ ਇਹ ਸਟਾਰਟ ਕੀਤਾ ਆ ਅੰਗਰੇਜ਼ ਤੋਂ ਬਾਅਦ, ਚਾਹੇ ਉਹ ਤੋਂ ਬਾਅਦ ਲਵ ਪੰਜਾਬ ਆਈ ਹੋਵੇ, ਚਾਹੇ ਨਿੱਕਾ ਜੈਲਦਾਰ ਹੋਵੇ, ਹੁਣ ਲਾਹੌਰੀਏ ਦੀ ਗੱਲ ਕਰੋ। ਸੋ ਆਪਾਂ ਜੇ ਗੱਲ ਕਰੀਏ ਇਸ ਫਿਲਮ ਦੀ ਖਾਸ ਕਰਕੇ, ਤੇ ਇਸ ਫਿਲਮ ਦਾ ਵੀ ਇੱਕ ਹਮੇਸ਼ਾ ਰਿਸਕ ਸੀਗਾ ਕਿ ਇੱਕ ਕਨਸੈਪਟ ਬੇਸ ਫਿਲਮ ਆ, ਲੋਕ ਹਜੇ ਵੀ ਕਾਮੇਡੀ ਨੂੰ ਜ਼ਿਆਦਾ ਪਸੰਦ ਕਰਦੇ ਆ, ਇਮੋਸ਼ਨਲ ਇਹਦੇ ਵਿੱਚ ਕਾਫੀ ਜਿਹੜਾ ਪੱਖ ਭਾਰੀ ਵੀ ਆ, ਸੋ ਤੁਸੀਂ ਕੀ ਸਮਝਦੇ ਹੋ ਕਿ ਕਿਉਂ ਐਡਾ ਵੱਡਾ ਰਿਸਕ ਤੁਸੀਂ ਇਹ ਲੈਣਾ ਸ਼ੁਰੂ ਕਰ ਦਿੱਤਾ? ਪਹਿਲਾਂ ਤਾਂ ਮੈਂ ਇੱਕ ਨਿੱਕੀ ਜਿਹੀ ਕਰ ਦਵਾਂ ਕਰੈਕਸ਼ਨ ਕਿ ਨਿੱਕਾ ਜੈਲਦਾਰ ਵੀ ਸਾਡੇ ਬ੍ਰਦਰ ਹੀ, ਜਿਹਨਾਂ ਦੇ ਮੂਵੀ ਆ ਸਾਡੀ ਜੀ ਬੰਬੂਘਾਟ, ਹਾਂਜੀ ਜੀ ਜੀ, ਅੰਗਰੇਜ਼ ਲਵ ਪੰਜਾਬ ਤੇ ਬੰਬੂਘਾਟ ਜੀ, ਬੰਬੂਘਾਟ। ਤੇ ਸਾਨੂੰ ਪਤਾ ਨੀ ਕਿਉਂ ਲੱਗਦਾ ਕਿ ਇੱਕ ਮੀਨਿੰਗਫੁਲ ਸਿਨੇਮਾ, ਇੱਕ ਉਹ ਸਿਨੇਮਾ ਜਿਹੜਾ ਤੁਸੀਂ ਫੈਮਿਲੀ ਨਾਲ ਬਹਿ ਕੇ ਤੁਸੀਂ ਵੇਖ ਸਕਦੇ ਜੇ, ਜਿਹੜੀਆਂ ਗੱਲਾਂ ਤੁਸੀਂ ਇੱਕ ਮੈਸੇਜ ਇੱਦਾਂ ਦਾ ਦੇ ਸਕਦੇ ਜੇ ਇਨਡਾਇਰੈਕਟਲੀ, ਸ਼ੂਗਰ ਕੋਟਡ ਕੋਈ ਚੀਜ਼ ਦੇ ਕੇ ਕਿਸੇ ਨੂੰ, ਉਹਦੇ ਨਾਲ ਥੋੜਾ ਥੋੜਾ ਹਲਕਾ ਹਲਕਾ ਐਕਸਪੈਰੀਮੈਂਟ ਕਰਦੇ ਰਹਿਣਾ ਚਾਹੀਦਾ, ਕਿਉਂਕਿ ਰੱਬ ਨੇ ਮੈਨੂੰ ਲੱਗਦਾ ਕਿ ਇੰਨਾ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਵਾ, ਤੇ ਬਾਕੀ ਜਿਹੜੇ ਪਿਆਰ ਦੇਣ ਵਾਲੇ ਉਹਨਾਂ ਕਰਕੇ ਇੱਕ ਇਵੇਂ ਦੀ ਹੈਗੀ ਹੈ ਸਿਚੁਏਸ਼ਨ ਕਿ ਅਸੀਂ ਥੋੜਾ ਬਹੁਤਾ ਐਕਸਪੈਰੀਮੈਂਟ ਕਰ ਸਕਦੇ ਹਾਂ,
ਤੇ ਫਿਰ ਜਿਹੜਾ ਬੰਦਾ ਕਰ ਸਕਦਾ ਜੇ ਉਹ ਨੀ ਕਰੂਗਾ ਤੇ ਫਿਰ ਹੁਣ ਹੋਰ ਕੌਣ ਕਰੂਗਾ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕਿ ਇਹ ਸਾਡੀ ਰਿਧਮ ਵਾਈਜ਼ ਦੀ ਚੌਥੀ ਫਿਲਮ ਆ, ਅੰਗਰੇਜ਼ ਲਵ ਪੰਜਾਬ ਬੰਬੂ ਕਾਰਡ ਤੇ ਲਾਹੌਰੀਏ, ਇਹ ਚੌਥੀ ਫਿਲਮ ਹੈ ਜਿਹਨੂੰ ਯੂ ਸਰਟੀਫਿਕੇਟ ਮਿਲਿਆ ਸਾਡੀ, ਮਤਲਬ ਚਾਰੇ ਫਿਲਮਾਂ ਨੂੰ ਯੂ ਸਰਟੀਫਿਕੇਟ ਯੂਨੀਵਰਸਲ ਕੇ, ਮਤਲਬ ਚਾਰ ਸਾਲ ਦਾ ਬੱਚਾ ਵੀ ਵੇਖ ਸਕਦਾ ਇਹਨੂੰ। ਮਤਲਬ ਤੁਸੀਂ ਫੈਮਿਲੀ ਨਾਲ, ਤੁਸੀਂ ਤੁਸੀਂ ਆਪਣੇ ਜੇ ਤੁਸੀਂ ਯੰਗਸਟਰ ਆ ਤੇ ਆਪਣੇ ਦਾਦੇ ਦਾਦੀ ਨਾਲ ਵੀ ਜਾ ਕੇ ਦੇਖ ਸਕਦਾ, ਜੇ ਕੋਈ ਪਰਿਵਾਰ ਆ ਕੋਈ ਫੈਮਿਲੀ ਵਾਲੇ ਆ ਤੇ ਉਹ ਆਪਣੇ ਬੱਚਿਆਂ ਦੇ ਨਾਲ ਜਾ ਕੇ ਦੇਖ ਸਕਦੇ ਆ। ਅੱਖਾਂ ਬੰਦ ਕਰਕੇ ਜਾ ਕੇ ਸਿਨੇਮੇ ਚ ਬਹਿ ਜਾਓ, ਤੁਹਾਨੂੰ ਇੱਕ ਲਫ਼ਜ਼ ਨੀ ਏਦਾਂ ਦਾ ਉੱਥੇ ਮਿਲਣਾ, ਤੁਹਾਨੂੰ ਇੱਕ ਗੱਲ ਨੀ ਏਦਾਂ ਦੀ ਮਿਲਣੀ, ਤੁਹਾਨੂੰ ਇੱਕ ਸੀਨ ਨੀ ਏਦਾਂ ਦਾ ਮਿਲਣਾ ਕਿ ਜਿਹਦਾ ਤੁਹਾਨੂੰ ਲੱਗੇ ਕਿ ਯਾਰ ਅਸੀਂ ਆਪਣੇ ਬੱਚਿਆਂ ਨਾਲ ਬੈਠੇ ਹਾਂ, ਅਸੀਂ ਆਪਣੇ ਪਰਿਵਾਰ ਨਾਲ ਬੈਠੇ, ਅਸੀਂ ਆਪਣੇ ਬਜ਼ੁਰਗਾਂ ਨਾਲ ਬੈਠੇ ਹਾਂ। ਇਹ ਫਿਲਮ ਥੋੜਾ ਜਿਹਾ ਸਾਨੂੰ ਨਾ ਇੱਧਰ ਉੱਧਰ ਦੇਖਣਾ ਪੈਂਦਾ, ਫੋਨ ਤੇ ਧਿਆਨ ਕਰਨਾ ਪੈ ਰਿਹਾ, ਇੱਕ ਚੀਜ਼ ਲੰਘ ਜਾਵੇ ਤੇ ਫਿਰ ਦੇਖਦੇ ਹਾਂ ਜੀ। ਤੇ ਕਾਰਜ ਭਾਜੀ, ਚਾਰ ਫਿਲਮਾਂ ਕਰ ਚੁੱਕੇ ਹੋ, ਇੱਕ ਪਰਿਵਾਰ ਵਾਲਾ ਮਾਹੌਲ ਹੋਣਾ ਸੈੱਟ ਦੇ ਉੱਤੇ ਵੀ, ਚਾਹੇ ਉਹ ਲਵ ਪੰਜਾਬ ਹੋਵੇ ਜਾਂ ਫਿਰ ਬੰਬੂ ਕਾਰਡ ਹੋਵੇ ਜਾਂ ਫਿਰ ਆ ਜਿਹੜੀ ਹੁਣੇ ਫਿਲਮ ਆਈ ਹੈ ਲਾਹੌਰੀਏ, ਮੈਂ ਇਹਨਾਂ ਫਿਲਮਾਂ ਚੋਂ ਪੁੱਛਣਾ ਚਾਹੁੰਦਾ ਕਿ ਸਭ ਤੋਂ ਜ਼ਿਆਦਾ ਯਾਦਗਾਰ ਫਿਲਮ ਕਿਹੜੀ ਆ ਤੁਹਾਡੇ ਵਾਸਤੇ, ਐਜ਼ ਅ ਜਦੋਂ ਕਾਸਟ ਜਦੋਂ ਸ਼ੂਟਿੰਗ ਚੱਲਦੀ ਪਈ ਸੀ ਉਦੋਂ ਦੀ ਸਭ ਤੋਂ ਯਾਦਗਾਰ ਮੂਮੈਂਟ ਕਿਹੜੀ ਫਿਲਮ 'ਚ ਬਣੀ ਸੀ? ਮੈਨੂੰ ਲੱਗਦਾ ਫਰੈਂਕਲੀ ਅੰਗਰੇਜ਼ ਟਾਈਮ ਜਿਹੜਾ ਸੀਗਾ ਨਾ, ਸਾਨੂੰ ਉਹ ਬਹੁਤ ਜ਼ਿਆਦਾ ਇੱਕ ਡਿਫਰੈਂਟ ਕੋਨਸੈਪਟ ਸੀਗਾ, ਇੱਕ ਡਿਫਰੈਂਟ ਹੀ ਉਹ ਐਨਰਜੀ ਸੀ, ਇੱਕ ਡਿਫਰੈਂਟ ਹੀ ਇੱਕ ਉਹ ਸੀਗਾ ਰਿਸਕ, ਇੱਕ ਡਿਫਰੈਂਟ ਤਰੀਕੇ ਦਾ ਸ਼ੂਟ ਕਰਨਾ ਸੀ, ਉਹ ਚੀਜ਼ ਨੂੰ ਕ੍ਰੀਏਟ ਕਰਨਾ ਸੀ। ਅੱਜ ਦੀ ਡੇਟ 'ਚ ਚਲੋ ਬਾਕੀ ਮੂਵੀਜ਼ ਵੀ ਬਣਨ ਲੱਗ ਪਈਆਂ, ਇੱਕ ਆਈਡੀਆ ਲੱਗਣ ਲੱਗ ਪਿਆ ਵੀ ਕਿਵੇਂ ਕਰਨੀ ਕੀ ਨਹੀਂ ਕਰਨੀ, ਪਰ ਉਹ ਉਸ ਟਾਈਮ ਇੱਕ ਬੜੀ ਡਿਫਰੈਂਟ ਗੱਲ ਸੀ ਸਾਨੂੰ ਅੰਗਰੇਜ਼ ਦੀਆਂ। ਮੈਨੂੰ ਕੁਝ ਕੁਝ ਗੱਲਾਂ ਯਾਦ ਹੈ, ਸਾਡੇ ਆਰਟ ਡਾਇਰੈਕਟਰ ਰਾਸ਼ਦਨ ਅੰਗਰੇਜ਼ ਜੀ, ਉਹਨਾਂ ਨੇ ਕਹਿਣਾ ਕਿ ਜਿਹੜੇ ਘਰ ਆ ਇਹਨਾਂ ਨੂੰ ਉਹ ਗੋਹੇ ਨਾਲ ਪੋਚਣਾ, ਤੇ ਉਹਨਾਂ ਦਾ ਇਹ ਕੰਮ ਹੁੰਦਾ ਕਿ ਦੋ ਬੰਦੇ ਲਾ ਕੇ ਨੀ ਕਰਨਾ, ਕਿਉਂਕਿ ਉਹਨਾਂ ਦਾ ਕੰਮ ਆ ਕਿ ਕੰਮ ਇੱਕ ਦਿਨ ਚ ਨਿਬੇੜ ਦੇਣਾ ਜੀ। ਅੱਛਾ ਜੀ, 10 ਘਰ ਲਿਪਣੇ ਆ ਜੀ। ਉਹ ਕਹਿੰਦੇ ਜੀ ਸਾਨੂੰ ਗੋਹਾ ਚਾਹੀਦਾ, ਮੱਝਾਂ ਰਹੀਆਂ ਜੀ ਗੋਹਾ, ਅਸੀਂ ਗਏ ਆਂਢ ਗੁਆਂਢ ਕਿਹਾ ਬੰਦਿਆਂ ਨੂੰ ਪ੍ਰੋਡਕਸ਼ਨ ਵਾਲਿਆਂ ਨੂੰ ਇਕੱਠੇ ਕਰ ਲਓ। ਉਹ ਕਹਿੰਦੇ ਜੀ ਕਿਸੇ ਨੇ ਕਿਹਾ ਜੀ ਸਾਡੇ ਘਰ ਇੱਕ ਮੱਝ ਆ, ਕਿਸੇ ਨੇ ਕਿਹਾ ਜੀ ਦੋ ਮੱਝਾਂ, ਉਹ ਕਹਿੰਦਾ ਜੀ ਮੈਨੂੰ ਨੀ ਚਾਹੀਦੀਆਂ ਦੋ ਟਰਾਲੀਆਂ। ਅੱਛਾ ਜੀ, ਹੁਣ ਇੱਥੇ ਇੱਡੀ ਦੂਰ ਬੈਠੇ ਟਰਾਲੀਆਂ ਕਿੱਥੋਂ ਲਿਆਦੀਆਂ ਗੋਹੇ ਦੀਆਂ? ਕਹਿੰਦਾ ਜੀ ਸਵੇਰੇ ਸਾਨੂੰ ਟਰਾਲੀਆਂ ਚਾਹੀਦੀਆਂ ਗੋਹੇ ਦੀਆਂ, ਜਿੱਦਾਂ ਮਰਜ਼ੀ ਕਰ ਲਓ। ਅਸੀਂ ਲਾਗੇ ਲਾਗੇ ਜਿਹੜਾ ਪਿੰਡ ਸੀ ਉੱਧਰ ਗਿਆ ਉਹ, ਅਸੀਂ ਜੀ ਸਾਨੂੰ ਅਸੀਂ ਗੋਹਾ ਸਾਰਾ ਇਕੱਠਾ ਕਰਾ ਦਓ। ਉਹ ਕਹਿੰਦੇ ਜੀ ਇਹਦੇ ਸਵੇਰੇ ਸਵੇਰੇ ਆਣ ਕੇ ਤੇ ਅਸੀਂ ਸਾਰਾ ਸੁੱਟ ਦਿੰਦੇ ਹਾਂ, ਰੱਖੀ ਦਾ ਥੋੜਾ ਗੋਹਾ, ਅਸੀਂ ਤੇ ਬਾਹਰ ਸਾਰਾ ਰੂੜੀਆਂ ਦੇ ਢੇਰ ਲਾ ਦਈਦਾ, ਰੂੜੀਆਂ ਦੇ ਮਿਕਸ ਹੋ ਗਈ ਆ। ਅਸੀਂ ਕਿਹਾ ਜੀ ਏਦਾਂ ਕਰਿਓ ਵੀ ਸਵੇਰੇ ਨਾ ਸੁੱਟਿਓ, ਅਸੀਂ ਸਵੇਰੇ ਆਪੇ ਚੁੱਕਣ ਆ ਜਾਂਗੇ। ਗੋਹੇ ਦੀ ਡਿਮਾਂਡ ਵੀ ਕਿੰਨੀ ਵਧੀ ਸੀ। ਅਸੀਂ ਆਪ ਜਾ ਕੇ ਸਾਰਿਆਂ ਦੇ ਘਰਾਂ ਚ ਇੱਕ ਇੱਕ ਜਾਣਾ ਪਹਿਲਾਂ ਅੱਗੇ ਕਹਿਣ ਡਿਆ ਵੀ ਅਸੀਂ ਆ ਗਏ ਹਾਂ, ਗੋਹ ਨਾ ਚੁੱਕਿਓ। ਪਿੰਡ ਵਾਲੇ ਨੂੰ ਵੱਖਰੀ ਮੌਜ ਲੱਗ ਗਈ ਯਾਰ ਆਹ ਤੇ ਕੰਮ ਵਧੀਆ ਹੋ ਗਿਆ ਉਹ ਤੇ ਭਾਜੀ ਅਗਲੇ ਦੋ ਦਿਨ ਡੀਕਦੇ ਰਹੇ ਹੋਣੇ ਉਹ ਆਏ ਨਹੀਂ ਯਾਰ ਗੋਹਾ ਚੱਕਣ ਨਹੀਂ ਆਏ ਦੋ ਦਿਨ ਦੇ ਨਾਲ ਉਹ ਕੰਮ ਚੱਲਦਾ ਰਿਹਾ ਸਵੇਰੇ ਸਵੇਰੇ ਉਹਨਾਂ ਆ ਜਾਣਾ ਇੱਕ
ਚੱਪਲਾਂ ਪਾ ਕੇ ਮਤਲਬ ਜਿੰਨੇ ਦਿਨ ਸ਼ੂਟ ਚੱਲਿਆ ਸਾਨੂੰ ਇਹ ਵੀ ਨੀ ਪਤਾ ਚੱਲਿਆ ਕਿ ਵਾਰ ਕੀ ਆ। ਸਾਰੀ ਫਿਲਮਾਂ ਚ ਸਾਡਾ ਏਦਾਂ ਹੀ ਚੱਲਦਾ ਤੇ ਅਸੀਂ ਏਦਾਂ ਸਾਡੀ ਟੀਮ ਕਦੇ ਕੰਮ ਨੀ ਕਰਦੀ ਕਿ ਇੱਕ ਕੋਈ ਪ੍ਰੋਡਿਊਸਰ ਆ, ਕੋਈ ਐਗਜੀਕਿਊਟਿਵ ਪ੍ਰੋਡਿਊਸਰ ਆ, ਕੋਈ ਡਾਇਰੈਕਟਰ ਆ ਜਾਂ ਕੋਈ ਰਾਈਟਰ ਆ। ਉੱਥੇ ਸਾਰੀ ਇੱਕ ਫੈਮਿਲੀ ਹੁੰਦੀ ਆ, ਪਤਾ ਨੀ ਰਾਈਟਰ ਉਹ ਕੰਮ ਕਰ ਰਿਹਾ ਹੁੰਦਾ ਜਿਹੜਾ ਉਹਦਾ ਕੰਮ ਨੀ ਆ, ਡਾਇਰੈਕਟਰ ਸਮ ਟਾਈਮ ਉਹ ਕੰਮ ਕਰ ਰਿਹਾ ਜਿਹੜਾ ਉਹਦਾ ਕੰਮ ਨੀ, ਪ੍ਰੋਡਿਊਸਰ ਉਹ ਕੰਮ ਕਰ ਰਿਹਾ ਹੁੰਦਾ ਜਿਹੜਾ ਉਹਦਾ ਕੰਮ ਨੀ ਆ, ਕਿਉਂਕਿ ਇੱਕ ਟੀਮ ਆ ਜਿਹੜਾ ਜੋ ਦਿਲ ਕਰਦਾ ਮਤਲਬ ਜਿੱਦਾਂ ਜਿੱਦਾਂ ਜਿਹਦੀ ਲੋੜ ਹੁੰਦੀ ਆ ਉਸੇ ਵੇਲੇ ਅਵੇਲੇਬਲ ਹੁੰਦਾ ਕਿ ਹਾਂ ਯਾਰ ਮੈਨੂੰ ਦੱਸੋ ਮੈਂ ਕੀ ਕਰਾਂ। ਵਾਹ ਜੀ ਵਾਹ, ਕਿਆ ਬਾਤ ਹੈ। ਸੋ ਭਾਅ ਜੀ ਇਹ ਤਾਂ ਤੁਹਾਡੀ ਗੱਲ ਮੈਂ ਮੇਰੇ ਮੰਨਣ 'ਚ ਨਹੀਂ ਆਉਂਦੀ ਹੈ ਜਿਹੜੀ ਟੀ ਸ਼ਰਟ ਅਤੇ ਚੱਪਲਾਂ ਵਾਲੀ ਗੱਲ ਕਰ, ਕਿਉਂਕਿ ਅੱਜ ਕੱਲ੍ਹ ਫੋਟੋਆਂ ਤਾਂ ਬੜੀਆਂ ਖਤਰਨਾਕ ਆ ਰਹੀਆਂ ਨੇ, ਪੂਰੇ ਮਾਡਲ ਟਾਈਪ ਵਾਲੀਆਂ ਫੋਟੋਜ਼ ਨਾ, ਫੋਟੋਆਂ ਤਾਂ ਮੈਨੂੰ ਇੰਝ ਲੱਗਣੀਆਂ ਵੀ ਜਿੱਦਾਂ ਆਪਣੀ ਲਾਂਚਿੰਗ ਹੋਣ ਵਾਲੀ ਹੁੰਦੀ ਆ, ਅਗਲੀ ਫਿਲਮ ਕਲੀਅਰ ਕਰੋ। ਨਹੀਂ
ਪੂੜਵਾਂ ਵਾਲਾ ਜਿਹੜਾ ਦਿਨ ਹੁੰਦਾ ਉਹ ਵਿੱਚ ਇੱਕ ਅੱਧਾ ਹੁੰਦਾ ਵਾ ਜਿਹੜਾ ਆਉਂਦੇ ਹੁੰਦੇ ਨਾ ਸਵਾਦ ਦਿਨ ਚੋਰ ਦਾ ਇੱਕ ਦਿਨ ਸਾਧ ਦਾ ਇੱਕ ਦਿਨ ਹੀ ਆਉਂਦਾ ਵਿੱਚ ਕਿਆ ਬਾਤ ਹੈ ਅੱਛਾ ਭਾਜੀ ਹੁਣ ਚਾਰ ਫਿਲਮਾਂ ਦੇ ਵਿੱਚ ਲਗਭਗ ਟੀਮ ਸਾਰੀ ਇੱਕ ਕੋਰ ਟੀਮ ਜਿਹੜੀ ਸਾਰੀ ਸੇਮ ਆ ਹਨਾ ਤੇ ਓਬਵੀਅਸਲੀ ਥੋੜੇ ਬਹੁਤ ਕਲਾਕਾਰ ਚੇਂਜ ਹੁੰਦੇ ਰਹਿੰਦੇ ਕੋਈ ਆ ਜਾਂਦਾ ਕੋਈ ਚਲੇ ਜਾਂਦਾ ਪਰ ਇੱਕ ਟੀਮ ਜਿਹੜੀ ਮੈਂ ਵੇਖ ਰਿਹਾ ਇੱਕ ਕੋਰ ਟੀਮ ਉਹ ਸਾਰੀ ਸੇਮ ਆ ਇਹ ਸਾਰੀ ਟੀਮ ਦੇ ਵਿੱਚੋਂ ਜੇ ਮੈਂ ਤੁਹਾਡੇ ਕੋਲ ਜਾਣਨਾ ਚਾਹਾਂ ਕਿਹੜੇ ਬੰਦੇ ਦੀ ਸਭ ਤੋਂ ਵੱਧ ਖਿਚਾਈ ਹੁੰਦੀ ਜਾਂ ਉਹਦਾ ਮਜ਼ਾਕ ਜਿਹੜਾ ਉਡਾਇਆ ਜਾਂਦਾ ਕਿਸੇ ਵੇਲੇ ਯਾਰ ਇਹ ਤੇ ਇਹ ਗੱਲ ਨਾ ਹੀ ਪੁੱਛ ਕਿਉਂਕਿ ਉੱਥੇ ਮੈਂ ਫਸਾਉਣਾ ਚਾਹੁੰਦਾ ਕਿਉਂਕਿ ਇੰਟਰਵਿਊ ਅਸੀਂ ਬਾਕੀਆਂ ਨੂੰ ਵੀ ਸੁਣਾਉਣੀ ਆ ਇੱਥੇ ਇੱਥੇ ਤੇ ਇਹ ਕੰਮ ਹੁੰਦਾ ਕਿ ਜਿਹੜਾ ਬੋਲੂ ਉਹ ਕੁੰਡਾ ਬੋਲੂ ਕੋਈ ਨੀ ਬਖਸ਼ਿਆ ਜਾਂਦਾ ਕੋਈ ਨੀ ਬਖਸ਼ਿਆ ਜਾਂਦਾ ਕਿਆ ਬਾਤ ਹੈ ਜੀ ਇੱਥੇ ਤੇ ਇਹ ਹੁੰਦਾ ਕਿ ਸਮ ਟਾਈਮ ਇਹ ਵੇਖਣਾ ਮਿਲਦਾ ਵੀ ਯਾਰ ਹੁਣ ਨਾ 10 ਕੁ ਮਿੰਟ ਚੁੱਪ ਹੀ ਕਰ ਜਾਓ ਪਤਾ ਨੀ ਕਿਹਦੀ ਵਾਰੀ ਆ ਜਾਣੀ ਮੈਨੂੰ ਭਾਜੀ ਇੱਕ ਚੀਜ਼ ਦੀ ਰਿਪੋਰਟ ਮਿਲੀ ਸੀ ਸਰਗੁਣ ਮਹਿਤਾ ਹੋਣਾ ਕੋ ਮੈਂ ਤੁਹਾਡੇ ਕੋ ਕਨਫਰਮ ਕਰਨਾ ਚਾਹੁੰਦਾ ਸੈੱਟ ਦੇ ਉੱਤੇ ਸਭ ਤੋਂ ਵੱਧ ਚਾਹ ਕੌਣ ਪੀਂਦਾ ਯਾਰ ਮੈਂ ਜੇ ਗੱਲ ਕਹੂੰਗਾ ਨਾ ਜਿਹੜਾ ਮਤਲਬ ਸਾਰਿਆਂ ਨੂੰ ਆ ਕੇ ਵਕਤ ਪਾ ਦਿੰਦਾ ਸਾਰੇ ਸਵਾਲ ਉਹ ਆ ਜਿਹੜੇ ਪ੍ਰੋਡਿਊਸਰ ਨੂੰ ਨਹੀਂ ਪੁੱਛਣੇ ਚਾਹੀਦੇ ਮੈਂ ਨਹੀਂ ਘੱਟ ਘੱਟ ਫਿਰ ਇਸ ਕਰਕੇ ਜਦੋਂ ਮੈਂ ਨੀ ਟਾਈਮ ਤੇ ਪਹੁੰਚਦਾ ਮੈਨੂੰ ਕੀ ਪਤਾ ਲੇਟ ਕੌਣ ਪਹੁੰਚਦਾ ਭਾਜੀ ਫਿਰ ਉਹਦਾ ਆਪਾਂ ਨਾ ਪੁੱਛੀਏ ਉਹਦਾ ਤੇ ਮੈਨੂੰ ਪਤਾ ਲੱਗ ਹੀ ਗਿਆ ਮੈਨੂੰ ਲੱਗਦਾ ਨਹੀਂ ਲੇਟ ਵਾਲਾ ਹੁਣ ਆਪਾਂ ਨੂੰ ਪਤਾ ਲੱਗ ਗਿਆ ਨਹੀਂ ਨਹੀਂ ਬਿਲਕੁਲ ਨਹੀਂ ਨਹੀਂ ਐਵੇਂ ਦੀ ਗੱਲ ਵੀ ਨਹੀਂ ਆ ਸਮ ਟਾਈਮ ਕੀ ਹੁੰਦਾ ਕਿ ਜਿਹੜਾ ਕੰਮ ਸਾਡਾ ਹੁੰਦਾ ਵਾ ਕਦੀ ਕਦੀ ਮੈਂ ਸਵੇਰੇ 4:30 ਪੰਜ ਵਜੇ ਵੀ ਪਹੁੰਚ ਜਾਂਦਾ ਸੈੱਟ ਤੇ ਜੀ ਤੇ ਜਦੋਂ ਸਟਾਰਟ ਹੋਏ ਨਾ ਉਦੋਂ ਫਿਰ ਵਾਪਸ ਆਣ ਕੇ ਫਿਰ ਮਤਲਬ ਨਹਾ ਧੋ ਕੇ ਰੈਡੀ ਹੋ ਕੇ ਕਹਿਣ ਲੱਗਾ ਮੈਂ ਸੌਰੀ ਰੈਡੀ ਹੋ ਕੇ ਤਾਂ ਨਹੀਂ ਜਾਂਦਾ ਹੁੰਦਾ ਚੱਪਲਾਂ ਪਾ ਕੇ ਜਾਂਦਾ ਮੈਂ ਨਿਕਲ ਜਾਂ ਵੀ ਰੈਡੀ ਕਹੋ ਤੇ ਤੁਸੀਂ ਰੈਡੀ ਹੋ ਮਾਹੌਲ ਹੁੰਦਾ ਦਿਮਾਗ ਚ ਕੀ ਚੱਲਦਾ ਹੁੰਦਾ ਕਿ ਲੋਕੀ ਕਿੱਦਾਂ ਦਾ ਰਿਪੋਰਟ ਕਰੂਗੇ ਫਿਲਮ ਨੂੰ ਉਹ ਉਦੋਂ ਦਿਮਾਗ ਦੀ ਕੀ ਸਿਚੁਏਸ਼ਨ ਹੁੰਦੀ ਆ ਇੱਕ ਦਿਨ ਪਹਿਲਾਂ ਇੱਕ ਰਾਤ ਪਹਿਲਾਂ ਯਾਰ ਟੂ ਬੀ ਵੈਰੀ ਓਨੈਸਟਲੀ ਮੈਨੂੰ ਲੱਗਦਾ ਕਿ ਮੈਂ ਕਦੀ ਚੈੱਕ ਨਹੀਂ ਕਰਾਉਂਦਾ ਮੈਂ ਮੈਡੀਸਨ ਵਗੈਰਾ ਤੋਂ ਆ ਚੀਜ਼ਾਂ ਤੋਂ ਡਾਕਟਰ ਲੈਣ ਤੋਂ ਥੋੜ੍ਹਾ ਦੂਰ ਰਹਿੰਦਾ ਪਰ ਮੈਨੂੰ ਲੱਗਦਾ ਵੀ ਇੱਕ ਦਿਨ ਪਹਿਲਾਂ ਮੇਰਾ ਬੀਪੀ ਡਾਊਨ ਹੀ ਹੁੰਦਾ ਹੁਣ ਜਿੱਦਾਂ ਬਹੁਤ ਵਧੀਆ ਰਿਪੋਰਟ ਆ ਚੁੱਕੀ ਆ ਆਸਟ੍ਰੇਲੀਆ ਨਿਊਜ਼ੀਲੈਂਡ 'ਚ ਕੱਲ੍ਹ ਰਿਲੀਜ਼ ਹੋ ਗਈ ਸੀ ਅਤੇ ਹੁਣ ਫਿਰ ਉਹ ਬੀਪੀ ਪੂਰਾ ਲੈਵਲ 'ਤੇ ਆ ਗਿਆ ਨਾ ਹੈਲੋ ਹੈਲੋ ਹਾਂਜੀ 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 ਉਹ ਪੁਨੀਤ ਪੁੱਛ ਰਿਹਾ ਕਿ ਹੁਣ ਬੀਪੀ ਲੈਵਲ ਦੇ ਉੱਤੇ ਆ ਗਿਆ ਜੀ ਇੱਕ ਕੋਈ ਬਿਗ ਅਨਾਊਂਸਮੈਂਟ ਹੋਰ ਵੀ ਹੋ ਜਾਊਗੀ ਜਲਦੀ ਨਹੀਂ ਕਿ ਕਾਰਜ ਭਾਜੀ ਆ ਰਹੇ ਨੇ ਜਿਸ ਹਿਸਾਬ ਨਾਲ ਫੋਟੋਜ਼ ਆ ਰਹੀਆਂ ਨੇ ਹਰ ਇੱਕ ਨੂੰ ਆਪਣਾ ਕੰਮ ਹੀ ਜ਼ੋਰਦਾਰ ਜਿਹੜਾ ਕੰਮ ਸ਼ੁਰੂ ਕੀਤਾ ਇਹੋ ਹੀ ਕਾਰਜ ਭਾਜੀ ਦੀ ਬੜੀ ਖਾਸੀਅਤ ਹੈ ਜਦੋਂ ਇਹਨਾਂ ਕੋਈ ਰੋਲ ਮੰਗਣ ਜਾਂਦਾ ਉਹਦੇ ਨਾਲ ਹੱਥ ਹੀ ਨੀ ਸੁੱਟਦੇ ਬਾਅਦ ਚ ਚਲੋ ਸ਼ੁਕਰੀਆ ਭਾਜੀ ਥੈਂਕ ਯੂ ਵੈਰੀ ਮਚ ਤੇ ਬੈਸਟ ਵਿਸ਼ਿਜ਼ ਹੋਰ ਤਾਂ ਇਸੇ ਤਰ੍ਹਾਂ ਵਧੀਆ ਵਧੀਆ ਪੰਜਾਬੀ ਸਿਨੇਮੇ ਨੂੰ ਫਿਲਮਾਂ ਦਿੰਦੇ ਰਹੋ ਬਹੁਤ ਆਸਾਂ ਉਮੀਦਾਂ ਨੇ ਜੀ ਤੁਹਾਡੇ ਤੋਂ You are listening to the only 24/7 on air Indian radio on 1674 AM. Radio Haanji. Apne vatna di khushbu pardeshan ch kariye saanji. Sunde raho Radio Haanji.
ਹਾਂਜੀ।